ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਰੋਨਾ ਮਾਮਲਿਆਂ ਵਿੱਚ ਵਾਧਾ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਦੀ ਰੋਕਥਾਮ ਅਤੇ ਸਿਹਤ ਸਹੂਲਤਾਂ ਵਿੱਚ ਵਾਧੇ ਅਤੇ ਬਿਹਤਰੀ ਦੀਆਂ ਕੋਸ਼ਿਸ਼ਾਂ ਜਾਰੀ ਨੇ। ਪ੍ਰਸ਼ਾਸਨ ਦੇ ਨਾਲ ਨਾਲ ਵਿਧਾਨਕਾਰ ਵੀ ਆਪਣੇ ਇਲਾਕਿਆਂ ਵਿੱਚ ਕੋਰੋਨਾ ਦੇ ਟਾਕਰੇ ਦੀਆਂ ਭਰਪੂਰ ਕੋਸ਼ਿਸ਼ਾਂ ਕਰ ਰਹੇ ਨੇ। ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਤੋਂ ਵਿਧਾਨਕਾਰ ਰਮਿੰਦਰ ਆਂਵਲਾ ਵੱਲੋਂ ਆਪਣੇ ਨਿੱਜੀ ਫੰਡ ਵਿੱਚੋਂ ਸਾਰੀਆਂ ਸਿਹਤ ਸਹੂਲਤਾਂ ਅਤੇ ਅਮਲੇ ਨਾਲ ਲੈਸ ਇੱਕ ਐਂਬੂਲੈਂਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ, ਜਿਸ ਨੂੰ ਉਹਨਾਂ ਮੋਬਾਈਲ ICU ਦਾ ਨਾਂ ਦਿੱਤਾ। ਇਸ ਐਂਬੂਲੈਂਸ ਰਾਹੀਂ ਮਰੀਜ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲਿਜਾਣ ਵਿੱਚ ਹੀ ਸਹੂਲਤ ਨਹੀਂ ਮਿਲੇਗੀ, ਸਗੋਂ ਇਸ ਵਿੱਚ ਵੈਂਟੀਲੇਟਰ, ਆਕਸੀਜਨ ਅਤੇ ਹੋਰ ਕਈ ਸਹੂਲਤਾਂ ਦਿੱਤੀਆਂ ਗਈਆਂ ਨੇ। ਇਸ ਐਂਬੂਲੈਂਸ ਵਿੱਚ ਡਾਕਟਰਾਂ ਦੀ ਵਿਸ਼ੇਸ਼ ਟੀਮ ਤੈਨਾਤ ਰਹੇਗੀ। ਇਹ ਐਂਬੂਲੈਂਸ ਰੋਜ਼ਾਨਾ ਇਲਾਕੇ ਦੇ ਪਿੰਡਾਂ ਵਿੱਚ ਜਾਏਗੀ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਏਗੀ। ਸਾਰਿਆਂ ਨੂੰ ਬੇਨਤੀ ਕਰਦਾ ਕਿ ਕੋਰੋਨਾ ਵਾਇਰਸ ਬਹੁਤ ਬੁਰੀ ਤਰ੍ਹਾਂ ਫੈਲਦਾ ਪਿਆ, ਆਪਾਂ ਨੂੰ ਸਾਰਿਆਂ ਨੂੰ ਇਤਿਆਤ ਵਰਤਣਾ ਚਾਹੀਦਾ ਔਰ ਇਸ ਮਹਾਮਾਰੀ ਦੇ ਖਿਲਾਫ਼ ਲੜਾਈ ਦੇ ਵਿੱਚ ਸਰਕਾਰ ਦਾ ਔਰ ਡਾਕਟਰ ਸਾਹਿਬਾਨਾਂ ਦਾ ਤੁਸੀਂ ਸਾਥ ਦਿਓ। ਸਾਡੇ ਨਾਲ ਮਿਲ ਕੇ ਆਪਾਂ ਸਾਰੇ ਜਣੇ ਮਿਲ ਕੇ ਇਸ ਮਹਾਮਾਰੀ ਦੇ ਖਿਲਾਫ਼ ਜਿਹੜੀ ਜੰਗ ਹੈ ਉਹ ਜਿੱਤੀਏ, ਜਿਵੇਂ ਆਪਾਂ ਪਿਛਲੇ ਸਾਲ ਜਿੱਤੀ ਹੈ। ਅਸੀਂ ਜਿਵੇਂ ਅਸੀਂ ਪਿਛਲੀ ਵਾਰ ਵੈਂਟੀਲੇਟਰਸ ਅਤੇ ਕਿੱਟਾਂ ਅਤੇ ਹਰੇਕ ਚੀਜ਼ ਅਸੀਂ ਕੋਸ਼ਿਸ਼ ਕੀਤੀ ਹੈ ਲੋਕਾਂ ਤੱਕ ਪਹੁੰਚਾਉਣ ਦੀ। ਹੁਣ ਪਿੰਡਾਂ ਦੇ ਵਿੱਚ ਸਾਡੇ ਬਾਰਡਰ ਦੇ ਉੱਤੇ ਬਹੁਤ ਵੱਡੀ ਸਮੱਸਿਆ, ਲੋਕ ਹੌਸਪੀਟਲਾਂ ਦੇ ਵਿੱਚ ਆਉਣ ਤੋਂ ਡਰ ਰਹੇ ਹੈ। ਅਸੀਂ ਅੱਜ ਇੱਕ ਮੋਬਾਈਲ ਹੌਸਪੀਟਲ ਸ਼ੁਰੂ ਕੀਤਾ ਜਿਹੜਾ ਹਰੇਕ ਪਿੰਡ ਇੱਕ ਇੱਕ ਦਿਨ ਜਾਇਆ ਕਰੂਗਾ ਔਰ ਜਿਹੜੀਆਂ ਮੈਡੀਸਨਸ ਉਹ ਵੀ ਉੱਥੇ ਸਾਰਿਆਂ ਨੂੰ ਫ੍ਰੀ ਮਿਲਣਗੀਆਂ। ਡਾਕਟਰ ਸਾਹਿਬਾਨ ਚੈੱਕ ਵੀ ਫ੍ਰੀ ਕਰਨਗੇ, ਚਾਹੇ ਉਹਨਾਂ ਨੇ ECGs ਕਰਾਉਣੀ ਹੈ ਚਾਹੇ ਕੁਛ ਵੀ, ਮੈਡੀਕਲ ਸਹੂਲਤਾਂ, ਬਲੱਡ ਪ੍ਰੈਸ਼ਰ ਔਰ ਬਲੱਡ ਟੈਸਟ ਸਾਰੇ ਉੱਥੇ ਉਹਨਾਂ ਦੇ ਫ੍ਰੀ 'ਚ ਕੀਤੇ ਜਾਣਗੇ।